सब तो पहले साढ़े जी दोस्तों प्यार प्यार सत श्रीकाल नमस्कार जय हिंद दोस्तों वेलकम जी दीपटी सौर अज अं स्पैशल निगाह कराने आए हैं जी जलंधर शहर के जो कि लोकेशन है और ये लोकेशन है जी बिल्कुल सोफी पिंड के नियर अबाउट जो कि डबल रोड और प्रॉपरली जो कि हाईवे क्रिएट किया गया है। जो असी लुधियाने तो जलंधर शहर में आते हैं तो जी जलंधर शहर के बिल्कुल एंट्रेंस से ही मैकडोनल्ड जो कि बनया हुआ है। मैकडोनल्ड के बिल्कुल नाल जो कि डबल रोड तुसी देखोगे लैफ्ट साइड पर जो कि जंडियाले नूं टच करता है और आने वाले टाइम के नकोदर रोड नूं जो कि डायरैक्ट डबल जो कि रोड है बाईपास बनेगा और राइट साइड से तुसी देख सकते हो जो कि बाईपास बनया हुआ है डबल रोड है और प्रॉपरली जो कि हाईवे है और ट्रैफिक जो कि लंघ रहा है उसी रोड पे जो कि देखा गया है। बहुत ही पाउश लोकैलिटीज बन रही ने, बहुत ही पाउश जो कि कलोनियां बनिया हुई ने, उन्होंने जिड़ी कलोनिया जिसे तुम निगाह कराने हैं उसका नाम कैंट काउंटी। कैंट काउंटी एक बहुत ही पाउश लोकैलिटी है। इनसाइड के आउटसाइड के देखोगे कि बहुत ही वी आई पी जो एंट्रेंस की गई है और बहुत ही बढ़िया रेजिडेंस जिसमें कह लीए वी आई पी रेजिडेंस कह लीए वो इस लोकैलिटी के अवेलेबल है और तुसी देख सकते हो कि बहुत ही सोहने सोहने जो कि मटीरियल और जो कि प्रोजेक्ट बनाए गए हैं अंदर स्पैशली ग्रीनरी का ध्यान रखा गया है और 6 to 7 इस जगह पर जो कि पार्क वगैरह अवेलेबल ने। असी ਮੇਰੇ ਦੇ ਮੇਰੇ ਦੇ
अच्छा जी साढ़े पांच बंदे का ਇਹਦਾ ਕੀ ਪ੍ਰਾਈਸ ਹੈ ਜੀ ਇਹ ਵੀ 798 398 ਰੇਟ ਆ ਜੀ ਹਾਂ ਜੀ ਦੇਖੋ ਜੀ ਕਿ ਬਹੁਤ ਹੀ ਪਲਾਟਸ ਜੋ ਕਿ ਸੀਰੀਜ਼ ਵਿੱਚ ਅਵੇਲੇਬਲ ਨੇ ਬਹੁਤ ਹੀ ਜ਼ਿਆਦਾ ਰੈਜ਼ੀਡੈਂਸ ਵਾਸਤੇ ਜੋ ਹਾਊਸਿਸ ਵਗੈਰਾ ਅਵੇਲੇਬਲ ਨੇ ਪਾਰਕ ਫੇਸ ਸਾਡੇ ਚਾਰ ਅਸੀਂ ਫਿਲਹਾਲ ਦੀ ਕੜੀ ਐਂਟਰ ਕਰ ਰਹੇ ਹਾਂ ਜੋ ਕਿ ਕਿੰਨੇ ਮੱਲੇ ਦਾ ਪਲਾਟ ਹੈ ਕੈਂਟ ਕਾਉਂਟੀ ਦੇ ਨਾਮ ਤੋਂ ਸਾਡੇ ਮੈਂ ਸਾਰੇ ਪਲਾਟ ਗਿਆ ਹੈ ਔਰ ਬਹੁਤ ਹੀ ਐਸੀਆਂ ਕਲੋਨੀਆਂ ਜੋ ਕਿ ਇਸ ਲੋਕੈਲਿਟੀ ਦੇ ਵਿੱਚ ਅਵੇਲੇਬਲ ਨੇ ਦੇਖ ਸਕਦੇ ਹੋ ਦੋਸਤੋ ਤੁਸੀਂ ਹਜੇ ਕਿ ਇਹਨਾਂ ਦੇ ਅਨੁਸਾਰ ਤੁਹਾਨੂੰ ਦੱਸਿਆ ਗਿਆ ਹੈ ਕਿ ਇਸ ਲੋਕੈਲਿਟੀ ਦੇ ਵਿੱਚ ਅਪਰੋਸੀਮੇਟਲੀ 4-5 ਜੋ ਕਿ ਪ੍ਰੋਜੈਕਟ ਨੇ ਫਰੀ ਪਏ ਨੇ ਬਾਕੀ ਜਿੰਨੇ ਵੀ ਪ੍ਰੋਜੈਕਟ ਨੇ ਸੇਲ ਆਊਟ ਹੋ ਚੁੱਕੇ ਨੇ ਪਰ ਇਸ ਲੋਕੈਲਿਟੀ ਦੇ ਵਿੱਚ ਹਜੇ ਕਾਫੀ ਪ੍ਰੋਜੈਕਟ ਤੁਹਾਨੂੰ ਹੋਰ ਵੀ ਮਿਲ ਸਕਦੇ ਨੇ ਕਿਉਂਕਿ ਜਿਨ੍ਹਾਂ ਲੋਕਾਂ ਨੇ ਆਪਣੇ ਪਲੋਟਸ ਔਰ ਹਾਊਸਿਸ ਵਗੈਰਾ ਕ੍ਰੀਏਟ ਕੀਤੇ ਸਨ ਉਹਨਾਂ ਪਲੋਟਸ ਹਾਊਸਿਸ ਨੂੰ ਕ੍ਰੀਏਟ ਕਰਨ ਤੋਂ ਬਾਅਦ ਜੋ ਲੋਕ ਪਰਚੇਸ ਕਰ ਚੁੱਕੇ ਪਰ ਏਰੀਏ ਦੇ ਰੀਸੇਲਿੰਗ ਕੈਪੀਟੀ ਐਸੀ ਹੈ ਬੈਠੇ ਅੰਦਾਜ਼ ਦੀ ਹੈ ਕਿ ਜਿੰਨੀਆਂ ਵੀ ਇੱਥੇ ਕਲੋਨੀਆਂ ਬਣੀ ਜਾ ਰਹੀਆਂ ਨੇ ਅਗਰ ਅੱਜ ਦੀ ਡੇਟ ਦੇ ਵਿੱਚ ਇਸ ਜਗ੍ਹਾ 'ਤੇ ਕਿਸੇ ਵੀ ਤਰ੍ਹਾਂ ਦੀ ਪ੍ਰੋਪਰਟੀ ਨੂੰ ਪਰਚੇਸ ਕੀਤਾ ਜਾਵੇ ਤਾਂ ਬਹੁਤ ਹੀ ਵਧੀਆ ਜੋ ਕਿ ਅਰਨਿੰਗ ਕੀਤੀ ਜਾ ਸਕਦੀ ਹੈ ਅਗਰ ਤੁਸੀਂ ਰੈਜੀਡੈਂਸ ਵਾਸਤੇ ਰਹਿਣਾ ਚਾਹੋ ਜਾਂ ਲੈ ਕੇ ਰੱਖਣਾ ਚਾਹੋ ਜਾਂ ਪ੍ਰੋਪਰਟੀ ਨੂੰ ਪਰਚੇਸ ਕਰਨ ਤੋਂ ਬਾਅਦ ਜੋ ਕਿ ਗਾਂਹ ਤੁਸੀਂ ਸੇਵ ਕਰਕੇ ਰੱਖਣਾ ਚਾਹੋ ਉਸਦੇ ਲਈ ਬਹੁਤ ਹੀ ਵਧੀਆ ਜੋ ਕਿ ਕਲੋਨੀ ਹੈ ਕੈਂਟ ਕਾਉਂਟੀ ਦੇ ਨਾਮ ਤੋਂ ਇਸ ਕਲੋਨੀ ਨੂੰ ਜੋ ਕਿ ਕ੍ਰੀਏਟ ਕੀਤਾ ਗਿਆ ਹੈ ਦੇਖ ਸਕਦੇ ਹੋ ਦੋਸਤੋ ਜੀ 5-6 ਮਹੱਲੇ ਦੇ ਵਿੱਚ ਜੋ ਕਿ ਪ੍ਰੋਪਰਟੀਜ਼ ਬਣੀਆਂ ਹੋਈਆਂ ਨੇ ਇਸਦਾ ਪ੍ਰਾਈਸ ਰੱਖਿਆ ਗਿਆ ਹੈ 55-60 ਲੱਖ ਰੁਪਏ ਇਸ ਪ੍ਰੋਪਰਟੀ ਦਾ ਇਹਨਾਂ ਦਾ ਪ੍ਰਾਈਸ ਹੈ ਔਰ ਸਪੈਸ਼ਲ ਔਰ ਖਾਸ ਗੱਲ ਇਹ ਹੈ ਕਿ ਤੁਸੀਂ ਆਪਣੇ ਮਨ ਮਰਜ਼ੀ ਨਾਲ ਇਸ ਜਗ੍ਹਾ 'ਤੇ ਪਲੋਟਸ ਵਗੈਰਾ ਲੈ ਕੇ ਆਪਣੀ ਕੰਸਟਰਕਸ਼ਨ ਕਰਵਾ ਸਕਦੇ ਹੋ ਔਰ ਜੋ ਲੋਕ ਇੱਥੇ ਪਰਚੇਸਿੰਗ ਕਰ ਚੁੱਕੇ ਨੇ ਉਹ ਕਰਵਾ ਰਹੇ ਨੇ